ਦਿਆ। 10 ਮਿੰਟ ਟਾਈਮ ਬਰਬਾਦ ਕੀਤਾ। ਮੁਖਤਾਰ ਸਾਹਿਬ ਚਲੇ ਗਏ ਹੈ, ਕੁਛ ਅੱਛੇ ਮਾਨਯ ਅਧਿਕਸ਼ ਮਹੋਦਯਾ ਮੁਖਤਾਰ ਸਾਹਿਬ ਚਲੇ ਗਏ ਹੈ, ਕੁਛ ਅੱਛੇ ਸ਼ੇਰ ਸੁਣਾਏ ਥੇ। ਮੈਂ ਚਾਹੂੰਗਾ ਕਿ ਕਥਾ ਉਹ ਸੁਣੇ ਜਹਾਂ ਵੀ ਹੋ, ਤੂੰ ਇਧਰ ਉਧਰ ਕੀ ਨਾ ਬਾਤ ਕਰ, ਯੇ ਬਤਾ ਕਿ ਕਾਫਲਾ ਕਿਉਂ ਲੁਟਾ। ਤੂੰ ਇਧਰ ਉਧਰ ਕੀ ਨਾ ਬਾਤ ਕਰ, ਯੇ ਬਤਾ ਕਿ ਕਾਫਲਾ ਕਿਉਂ ਲੁਟਾ। ਉਧਰ ਮਤ ਦੇਖੀਏ ਮੁਝੇ, ਮੈਂ ਤੋ ਆਪਕੋ ਇਤਨਾ ਦੇਖੂੰ ਕਿ ਆਪ ਮੁਝਸੇ ਕਹੇਂ ਕਿ ਨਜ਼ਰ ਹਟਾ ਲੋ। ਨਹੀਂ ਨਹੀਂ ਨਹੀਂ, ਯੇ ਨਜ਼ਰ ਹਟਾਨਾ ਨਹੀਂ, ਮੈਂ ਮੇਰੇ ਤਰਫ ਕਰਕੇ ਬਾਤ ਕੀਜੀਏ। ਮੁਝੇ ਤੋ ਆਪ ਯੂੰ ਵੀ ਇਤਨੀ ਅੱਛੀ ਲਗਤੀ ਹੈ, ਇਤਨੀ ਪਿਆਰੀ ਲਗਤੀ ਹੈ ਕਿ ਮੈਂ ਆਪਕੀ ਆਂਖੋਂ ਮੇਂ ਆਂਖੇਂ ਡਾਲੇ ਰਹੂੰ, ਯੇ ਮੇਰਾ ਮਨ ਕਰਤਾ ਹੈ। ਮੈਂ ਛੋਟੀ ਮੈਂ ਤੋ ਕਭੀ ਨਾ ਨਜ਼ਰ ਹਟਾਊਂ ਆਪਸੇ। ਜੀ ਜੀ, ਧੰਨਵਾਦ। ਆਪ ਇਤਨੀ ਅੱਛੀ ਜਗ੍ਹਾ ਬੈਠੀ ਹੈ। ਧੰਨਵਾਦ। ਯੇ ਬੋਲਨੇ ਕਾ ਤਰੀਕਾ ਨਹੀਂ ਹੈ। ਆਪ ਯੇ ਬਾਤ ਮੇਰੀ, ਆਪ ਯੇ ਸਭ ਨਿਕਾਲੀਏ ਰੇਕਨ ਮੇਂ ਸੇ। ਮੇਰੀ ਆਪ ਅਧਿਕਸ਼ ਹੈ, ਸਨਮਾਨੀਏ ਹੈ, ਬਹੁਤ ਪਿਆਰੀ ਹੈ, ਮੇਰੀ ਬਹਿਨ ਹੈ ਆਪ, ਮੇਰੀ ਬਹਿਨ ਹੈ ਆਪ, ਪਿਆਰੀ ਬਹਿਨ ਹੈ ਆਪ। ਕਿਉਂ ਐਸੀ ਬਾਤ ਕਰਤੇ ਹੋ? ਅਧਿਕਸ਼ ਜੀ, ਆਦਮ ਖਾਨ ਜੀ, ਆਦਮ ਖਾਨ ਜੀ, ਆਪ ਬਹੁਤ ਵਰਿਸ਼ਠ। ਤੂੰ ਇਧਰ ਉਧਰ ਕੀ ਨਾ ਬਾਤ ਕਰ, ਆਪਕਾ ਖੇਤਰ ਮੈਂ ਕਾਫੀ ਅਨੁਭਵ ਰਹਾ ਹੈ। ਬਤਾ ਕੇ ਕਾਫਲਾ ਕਿਉਂ ਲੁਟਾ, ਸ਼ਬਦ ਵਾਪਿਸ ਲੈ ਲੀਜੀਏ, ਯੇ ਠੀਕ ਨਹੀਂ ਹੈ, ਯੇ ਸ਼ਬਦ ਜੋ ਆਪਨੇ ਬੋਲਾ ਵੋ ਠੀਕ ਨਹੀਂ ਹੈ, ਵਾਪਿਸ ਲੈ ਲੀਜੀਏ। ਮੰਤਰੀ ਜੀ ਕੋ ਕਿਰਪਿਆ ਸੁਣੀਏ। ਮਾਨਯ ਸਾਂਸਦ ਮਹੋਦਯ ਕੋ ਸੁਣਾ ਹੈ, ਉਨਕਾ ਉਸ ਹਾਊਸ ਕਾ ਇਸ ਹਾਊਸ ਕਾ ਲੰਬਾ ਅਨੁਭਵ ਹੈ, ਵਿਧਾਨ ਸਭਾ ਉੱਤਰ ਪ੍ਰਦੇਸ਼ ਕਾ ਵੀ ਅਨੁਭਵ ਹੈ, ਵਹਾਂ ਵੋ ਵਜ਼ੀਰ ਵੀ ਰਹੇ ਹੈ। ਸਦਰ ਕੋ ਚੇਅਰ ਕੋ ਕੈਸੇ ਐਡਰੈਸ ਕਰਤੇ ਹੈ, ਉਨਕੋ ਅੱਛੀ ਸਮਝਦਾਰੀ ਹੈ। ਔਰ ਜੋ ਸ਼ਬਦੋ ਕਾ ਪ੍ਰਯੋਗ ਕੀਆ ਉਨ੍ਹੋਂਨੇ, ਠੀਕ ਨਹੀਂ ਹੈ, ਇੱਕ ਤੋ ਮਹਿਲਾਓਂ ਕੇ ਖਿਲਾਫ ਔਰ ਆਪਕੇ ਖਿਲਾਫ, ਵੋ ਜੋ ਮੈਂ ਉਸ ਸ਼ਬਦ ਕਾ ਪ੍ਰਯੋਗ, ਉਨਕੋ ਮਾਫੀ ਮੰਗਣੀ ਚਾਹੀਏ, ਉਨਕੋ ਮਾਫੀ ਮੰਗਣੀ ਚਾਹੀਏ। ਅਬ ਮਾਫੀ ਮੰਗ ਲੈ ਭਾਈ, ਸਪੀਕਰ ਸਾਹਿਬ, ਮਾਨਯ ਸਦਸਯਗਣ, ਮੈਂ ਆਪਸੇ ਆਗ੍ਰਹਿ ਕਰ ਰਹਾ ਹੂੰ, ਆਪ ਵਰਿਸ਼ਠ ਸਦਸਯ ਹੈ, ਗਲਤ ਨਹੀਂ, ਗਲਤ ਹੈ, ਜੋ ਭਾਸ਼ਾ ਗਲਤ ਹੈ, ਟੋਕਾ ਹੈ, ਗਲਤ ਹੈ, ਨੋ, ਯੇ ਭਾਸ਼ਾ ਮਤ ਬੋਲੀ ਹੈ, ਪਲੀਜ, ਨਹੀਂ ਮੈਡਮ, ਨਹੀਂ, ਪਲੀਜ, ਨੋ, ਯੇ ਸਦਨ ਹੈ, ਕੋਈ ਵੀ ਮਾਨਯ ਸਦਸਯ ਕੇ ਪ੍ਰਤੀ ਇਸ ਤਰੀਕੇ ਕੀ ਬਾਤ ਕਹਿਣੇ ਕਾ ਆਪਕੋ ਕੋਈ ਅਧਿਕਾਰ ਨਹੀਂ।
माननीय सदस्य आप बैठिए बैठिए। माननीय सदस्यगण, चेयर की गरिमा बनाना आपका काम है, सदन में मर्यादित बोलना भी सभी माननीय सदस्य कहते हैं। हर विषय को मर्यादित कहते हुए आप अपनी बात कहें, आपको स्वतंत्रता का अधिकार है। लेकिन मेरा आपसे आग्रह है, कोई भी ऐसी चीज मैं खुद देखूंगा स्वयं रूप से, और उसमें कोई भी आपत्तिजनक होगी तो मैं सबको उठाऊंगा। माननीय सदस्य को सर, मुझे और बाकी लोगों को इस सदन आज तक पिछले 19 साल के इतिहास में किसी सदस्य ने चेयर के खिलाफ, वो भी एक महिला हमारी जो सामान्य सदस्य प्रेजाइड कर रही है, ऐसे शब्दों का प्रयोग नहीं किया है। सर, उनको माफी मांगना चाहिए मिनिमम, ये मैं आपसे अपील करूंगा। आप देखिए, ये बहुत गंभीर विषय है, ये बहुत गंभीर विषय है। आप बताइए। ब्यूरो रिपोर्ट, आवाज़ी कॉम टीवी।